ਸਾਰਿਆਂ ਜਨ ਸੀ ਦੀ ਮੇਰਾ ਨਾਮ ਏਂਜਲ ਆ ਮੈਂ ਖਰਲਾ ਪਿੰਡ ਤੋਂ ਹਾਂ ਮੇਰੀ ਗਵਾਹੀ ਇਹ ਹੈ ਕਿ ਮੈਂ ਆਪਣਾ ਫੋਰਨ ਦੇ ਲਈ ਅਪਲਾਈ ਕੀਤਾ ਸੀਗਾ ਸਿੰਗਾਪੁਰ ਦੇ ਲਈ ਔਰ ਉਸ ਦੇ ਲਈ ਮੇਰਾ ਮੈਡੀਕਲ ਹੋਣਾ ਸੀਗਾ ਅਤੇ ਮੈਂ ਜੋਲ ਹੋਸਪਿਟਲ ਜੋਬ ਕਰਦੀ ਸੀ ਸਟਾਫ ਨਰਸ ਔਰ ਉੱਥੇ ਜਦੋਂ ਜੋਬ ਕੀਤੀ ਸੀ ਸਟਾਰਟ ਕਰਨੀ ਸੀਗੀ ਉਸ ਤੋਂ ਪਹਿਲਾਂ ਮੇਰਾ ਮੈਡੀਕਲ ਹੋਇਆ ਸੀਗਾ ਤਾਂ ਉਦੋਂ ਮੈਡੀਕਲ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੁਹਾਡੇ ਚੈਸਟ ਐਕਸਰੇ ਹੋਣੇ ਆ ਔਰ ਚੈਸਟ ਐਕਸਰੇ ਹੋਏ ਸੀਗੇ ਔਰ ਚੈਸਟ ਐਕਸਰੇ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਟਿਊਬਰਕਲੋਸਿਸ ਤਾਂ ਨਹੀਂ ਗੀ ਮੈਂ ਕਿਹਾ ਨਹੀਂ ਅਤੇ ਉਹਨਾਂ ਨੇ ਪੁੱਛਿਆ ਕਿ ਤੁਹਾਡੀ ਫੈਮਿਲੀ 'ਚ ਕਿਸੇ ਨੂੰ ਹੈ ਮੈਂ ਕਿਹਾ ਜਿਹੜੀ ਬਿਮਾਰੀ ਤੁਸੀਂ ਕਹਿ ਰਹੇ ਟਿਊਬਰਕਲੋਸਿਸ ਇਹਨੂੰ ਸ਼ੋਰਟ ਸਭ ਤੋਂ ਟੀਬੀ ਕਹਿੰਦੇ ਆ ਹਾਂਜੀ ਔਰ ਮੈਂ ਉਹਨਾਂ ਨੂੰ ਕਿਹਾ ਕਿ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਨਾ ਹੀ ਕਿ ਮੈਨੂੰ ਇੱਦਾਂ ਦਾ ਕੁਝ ਹੈ ਕਿ ਮੈਨੂੰ ਕੋਈ ਦੇਖ ਕੇ ਵੀ ਕਹਿ ਸਕੇ ਕਿ ਮੈਨੂੰ ਟੀਬੀ ਹੈਗੀ ਆ ਔਰ ਫਿਰ ਉਸ ਤੋਂ ਬਾਅਦ ਡਾਕਟਰਸ ਨੇ ਕੁਛ ਨਹੀਂ ਕਿਹਾ ਮੈਨੂੰ ਫਿਰ ਫਿਟਨੈਸ ਦੇ ਦਿੱਤੀ ਉਸ ਤੋਂ ਬਾਅਦ ਪੂਰਾ ਸਾਲ ਮੈਂ ਉੱਥੇ ਜੋਬ ਕੀਤੀ ਔਰ ਉਸ ਤੋਂ ਬਾਅਦ ਹੁਣ ਜਦੋਂ ਮੇਰਾ ਬਾਹਰ ਦੇ ਲਈ ਅਪਲਾਈ ਕੀਤਾ ਸੀਗਾ ਉਸ ਦੇ ਲਈ ਮੇਰਾ ਮੈਡੀਕਲ ਹੋਣਾ ਸੀਗਾ ਉਸ ਤੋਂ ਬਾਅਦ ਉਸ ਦਿਨ ਮੈਂ ਫਿਰ ਉੱਥੇ ਹੀ ਮੈਡੀਕਲ ਆਪਣਾ ਐਕਸਰੇ ਕਰਵਾਇਆ ਅਤੇ ਉਸ ਦੇ ਵਿੱਚ ਫਿਰ ਸੇਮ ਚੀਜ਼ ਆਈ ਔਰ ਮੈਂ ਡਾਕਟਰ ਨੂੰ ਪੁੱਛਿਆ ਅਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਜਦੋਂ ਮੈਂ ਖੁਦ ਰਿਪੋਰਟ ਦੇਖੀ ਮੈਂ ਖੁਦ ਪਰੇਸ਼ਾਨ ਜੀ ਹੋ ਗਈ ਕਿ ਪਤਾ ਨਹੀਂ ਕੀ ਆ ਗਿਆ ਫਿਰ ਮੈਂ ਨੈੱਟ 'ਤੇ ਖੋਲ੍ਹ ਕੇ ਦੇਖਿਆ ਅਤੇ ਨੈੱਟ 'ਤੇ ਵੀ ਮੈਨੂੰ ਟੈਨਸ਼ਨ ਜੀ ਹੋ ਗਈ ਫਿਰ ਮੈਂ ਡਾਕਟਰ ਨੂੰ ਫੋਨ ਕੀਤਾ ਆਪਣੇ ਨੂੰ ਫਿਰ ਮੈਂ ਉਹਨਾਂ ਨੂੰ ਪੁੱਛਿਆ ਅਤੇ ਉਹਨਾਂ ਨੇ ਵੀ ਸੇਮ ਇਹੀ ਕਿਹਾ ਕਿ ਤੁਹਾਨੂੰ ਟੀਬੀ ਤਾਂ ਨਹੀਂ ਗੀ ਜਾਂ ਪਹਿਲਾਂ ਕਦੀ ਹੋਈ ਹੋਵੇ ਜਾਂ ਪਹਿਲਾਂ ਕੋਈ ਟੀਬੀ ਦਾ ਕੋਈ ਟ੍ਰੀਟਮੈਂਟ ਲਿਆ ਹੋਵੇ ਤਾਂ ਮੈਂ ਕਿਹਾ ਇੱਦਾਂ ਦਾ ਤਾਂ ਬਿਲਕੁਲ ਵੀ ਕੁਛ ਨਹੀਂ ਹੈਗਾ ਕਿ ਮੈਂ ਇੱਕ ਸਾਲ ਉੱਥੇ ਜੋਬ ਵੀ ਕੀਤੀ ਆ ਕੁਛ ਵੀ ਨਹੀਂ ਇੱਦਾਂ ਦਾ ਸੀਗਾ ਫਿਰ ਉਸ ਤੋਂ ਬਾਅਦ ਫਿਰ ਮੈਂ ਨਾ ਬੜੀ ਟੈਨਸ਼ਨ ਜੀ ਹੋ ਗਈ ਫਿਰ ਮੈਂ ਸੋਚਿਆ ਕਿ ਮੈਂ ਆਪਣੀ ਜਗ੍ਹਾ ਕਿਸੇ ਹੋਰ ਦਾ ਮੈਡੀਕਲ ਐਕਸਰੇ ਕਰਵਾ ਕੇ ਅਤੇ ਮੈਂ ਉਹ ਆਪਣੇ ਜਿੱਥੇ ਅਪਲਾਈ ਕੀਤਾ ਏਜੰਟ ਨੂੰ ਉਹਨੂੰ ਦੇ ਦੂੰਗੀ ਹੋਰ ਕਿਸੇ ਦਾ ਐਕਸਰੇ ਨਾਮ ਮੇਰਾ ਹੋਏਗਾ ਫਿਰ ਮੈਂ ਆਪਣੀ ਭਾਣਜੀ ਤਮੰਨਾ ਉਹਨੂੰ ਮੈਂ ਆਪਣੇ ਕੋਲ ਬੁਲਾਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਤੇਰਾ ਐਕਸਰੇ ਕਰਵਾਉਣਾ ਆ ਅਤੇ ਨਾਮ ਮੈਂ ਕਿਹਾ ਤੂੰ ਆਪਣਾ ਏਂਜਲ ਹੀ ਦੱਸਣਾ ਏਜ ਵੀ ਮੈਂ ਕਿਹਾ ਤੂੰ ਮੇਰੀ ਹੀ ਦੱਸਣੀ ਆ ਅਤੇ ਮੈਂ ਫਿਰ ਇਹਨੂੰ ਸਰਵੋਦਿਆ ਹੋਸਪਿਟਲ ਲੈ ਕੇ ਗਈ ਉੱਥੇ ਇਹਨੂੰ ਮੈਂ ਇਹਦਾ ਨਾਮ ਏਂਜਲ ਲਿਖਵਾਇਆ ਔਰ ਇਹਦੀ ਏਜ ਵੀ ਮੇਰੀ ਲਿਖਵਾਈ ਅਤੇ ਉੱਥੇ ਇਹਦਾ ਐਕਸਰੇ ਹੋਇਆ ਇਹਦਾ ਐਕਸਰੇ ਬਿਲਕੁਲ ਨੋਰਮਲ ਆਇਆ ਫਿਰ ਉਸ ਤੋਂ ਬਾਅਦ ਸੁਬਾਹ ਫਿਰ ਮੈਂ ਉਸ ਤੋਂ ਬਾਅਦ ਸਿੰਗਾਪੁਰ ਇੱਕ ਕੁੜੀ ਆ ਮੇਰੀ ਫਰੈਂਡ ਹੀ ਆ ਉਹਨੂੰ ਮੈਂ ਪੁੱਛਿਆ ਅਤੇ ਉਹਨੇ ਕਿਹਾ ਕਿ ਇੱਥੇ ਆਣ ਕੇ ਤੁਹਾਡਾ ਦੁਬਾਰਾ ਮੈਡੀਕਲ ਹੋਏਗਾ ਫਿਰ ਮੈਂ ਟੈਨਸ਼ਨ 'ਚ ਹੋ ਗਈ ਮੈਂ ਕਿਹਾ ਜੇ ਇੱਥੇ ਨੋਰਮਲ ਆ ਗਿਆ ਉੱਥੇ ਜਾ ਕੇ ਕੋਈ ਪ੍ਰੋਬਲਮ ਆ ਗਈ ਉਹਨਾਂ ਨੇ ਫਿਰ ਕਹਿਣਾ ਕਿ ਫੇਕ ਆ ਜਾਂ ਕੁਛ ਵੀ ਆ ਅਤੇ ਮੈਂ ਕਿਹਾ ਮੈਨੂੰ ਵਾਪਸ ਨਾ ਭੇਜ ਦੇਣਾ ਕਿ ਇੰਨਾ ਖਰਚਾ ਵੀ ਹੋਣਾ ਆ ਫਿਰ ਉਸ ਤੋਂ ਬਾਅਦ ਕੋਈ ਫਾਇਦਾ ਵੀ ਨਹੀਂ ਹੋਣਾ ਫਿਰ ਉਸ ਤੋਂ ਬਾਅਦ ਫਿਰ ਮੈਂ ਘਰ ਫੋਨ ਕਰਕੇ ਦੱਸਿਆ ਕਿ ਇੱਦਾਂ ਇੱਦਾਂ ਕਰਕੇ ਪ੍ਰੋਬਲਮ ਹੋ ਰਹੀ ਆ ਫਿਰ ਘਰ ਦੇ ਪਾਸਟਰ ਮੱਟੂ ਕੋਲ ਆਏ ਫਿਰ ਪਾਸਟਰ ਨੇ ਫੋਨ ਕੀਤਾ ਮੈਨੂੰ ਮੈਨੂੰ ਪ੍ਰੇਅਰ ਕੀਤੀ ਮੇਰੇ ਨਾਲ ਗੱਲ ਕੀਤੀ ਔਰ ਫਿਰ ਉਸ ਤੋਂ ਬਾਅਦ ਪਾਸਟਰ ਨੇ ਕਿਹਾ ਤੁਸੀਂ ਅੱਜ ਹੀ ਐਕਸਰੇ ਜਾਓ ਅੱਜ ਹੀ ਦੁਬਾਰਾ ਕਰਵਾ ਕੇ ਆਓ ਤੁਸੀਂ ਆਪਣਾ ਐਕਸਰੇ ਕਰਵਾਉਣਾ ਆ ਫਿਰ ਉਸ ਤੋਂ ਬਾਅਦ ਫਿਰ ਮੈਂ ਸਰਵੋਦਿਆ ਹੋਸਪਿਟਲ ਗਈ ਉੱਥੇ ਜਾ ਕੇ ਮੈਂ ਉਹਨਾਂ ਨੂੰ ਆਪਣਾ ਜਦੋਂ ਨਾਮ ਦੱਸਿਆ ਏਂਜਲ ਉਹਨਾਂ ਨੇ ਮੈਨੂੰ ਕਿਹਾ ਕਿ ਸੇਮ ਨਾਮ ਤੋਂ ਕੱਲ੍ਹ ਐਕਸਰੇ ਹੋਏ ਸੀਗੇ ਅਤੇ ਸੇਮ ਨਾਮ ਤੋਂ ਅੱਜ ਕਿੱਦਾਂ ਹੋ ਸਕਦੇ ਆ ਅਤੇ ਫਿਰ ਜਿਹੜਾ ਨਾਲ ਦਾ ਮੁੰਡਾ ਸੀਗਾ ਉਹਨੇ ਫਿਰ ਕਹਿ ਦਿੱਤਾ ਕਹਿੰਦਾ ਕਿ ਸੇਮ ਸੇਮ ਵੀ ਤਾਂ ਨਾਮ ਹੋ ਹੀ ਸਕਦੇ ਆ ਅਤੇ ਫਿਰ ਮੈਂ ਕੁਛ ਵੀ ਨਹੀਂ ਬੋਲੀ ਮੈਂ ਪ੍ਰੇਅਰ ਕਰਦੀ ਰਹੀ ਮੈਂ ਕਿਹਾ ਖੁਦਾ ਬਾਬ ਜੋ ਵੀ ਹੋਵੇ ਤੇਰੀ ਮਰਜ਼ੀ ਦੇ ਨਾਲ ਹੀ ਹੋਵੇ ਫਿਰ ਉਸ ਤੋਂ ਬਾਅਦ ਜਦੋਂ ਮੇਰਾ ਐਕਸਰੇ ਹੋਇਆ ਰਿਪੋਰਟ ਦੀ ਮੈਂ ਵੇਟ ਕਰਦੀ ਰਹੀ ਕਰਦੀ ਰਹੀ ਉੱਥੇ ਮੈਂ ਬੈਠੀ ਰਹੀ ਫਿਰ ਉਸ ਤੋਂ ਬਾਅਦ ਉੱਥੇ ਮੈਂ ਪ੍ਰੇਅਰ ਕਰਦੀ ਰਹੀ ਬੈਠ ਕੇ ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਮੈਨੂੰ ਰਿਪੋਰਟ ਦਿੱਤੀ ਤਾਂ ਰਿਪੋਰਟ ਬਿਲਕੁਲ ਨੋਰਮਲ ਸੀਗੀ ਪਹਿਲੇ ਇੱਕ ਸਾਲ ਕਰਵਾਇਆ ਸੀ ਤਾਂ ਉਦੋਂ ਵੀ ਟੀਬੀ ਆਈ ਸੀ ਇੱਕ ਸਾਲ ਵਾਪਸ ਬਾਅਦ ਕਰਵਾਇਆ ਫਿਰ ਵੀ ਟੀਬੀ ਆਈ ਹਾਂਜੀ ਔਰ ਪ੍ਰਾਰਥਨਾ ਕਰਨ ਤੋਂ ਬਾਅਦ ਨੋਰਮਲ ਟੀਬੀ ਨਹੀਂ ਆਈ ਬਿਲਕੁਲ ਵੀ ਨਹੀਂ ਓ ਪ੍ਰੇਜ਼ ਦ ਲਾਰਡ ਕੁਝ ਵੀ ਨਹੀਂ ਆਇਆ ਰਿਪੋਰਟ ਦਿਖਾਓ ਕਲੋਜ਼ਲੀ ਮਾਰੋ ਥੈਂਕ ਯੂ ਜੀਸਸ ਓਕੇ ਲੜਕੀ ਖੁਦ ਵੀ ਡਾਕਟਰ ਹੈ ਔਰ ਪਰਮੇਸ਼ੁਰ ਨੇ ਡਾਕਟਰਾਂ ਨੂੰ ਵੀ ਬਿਮਾਰ ਕਰਕੇ ਆਪਣੀ ਮਹਿਮਾ ਕਰਵਾ ਸਕਦਾ ਹੈ ਬੋਲੋ ਹਾਲੇਲੂਇਆ ਕੋਈ ਡਾਕਟਰ ਇਹ ਨਹੀਂ ਕਹਿ ਸਕਦਾ ਕਿ ਨਹੀਂ ਵੀ ਰਿਪੋਰਟ ਝੂਠੀ ਹੈ ਕਿਉਂਕਿ ਉਹ ਖੁਦ ਵੀ ਇੱਕ ਡਾਕਟਰ ਹੈ ਹਾਲੇਲੂਇਆ ਥੈਂਕ ਯੂ ਜੀਸਸ ਓ ਗਲੋਰੀ ਟੂ ਦ ਨੇਮ ਆਫ ਜੀਸਸ ਕ੍ਰਾਈਸਟ ਪ੍ਰਭੂ ਕੀ ਤਾਰੀਫ ਕਰੋ ਸਭ ਜਨ ਮਿਲ ਕੇ